हाँ जी। सो अदला जो पैसे करना जी, इंदा पास सैंपल आंसर रीज आप रीड करना जी। मैं तुम्हें तो वैबसाइट भी दसूंगा जो कि काफी वधिया इंदे ऐसे लिखे होंगे है। ते बाकी आप पैरामीटर दे अकॉर्डिंग देखांगे जी। इंदे विच की यही ध्यान नाल देखियो, स्टेटमेंट अपनी हैगी लॉट ऑफ प्लेसेस इन द वर्ल्ड, वर्ल्ड दे विच ज्यादातर प्लेसेस आ कहंदे रिलाई कर दियां, डिपेंड कर दियां टूरिज्म ते जी। मेन सोर्स आ उहनां दा कहंदे इनकम दा, पर अनफॉर्चुनेटली कहंदे टूरिज्म जिहड़ी हैगी आ ਉਹ ਕਹਿੰਦੇ ਯਾਨੀ ਕਿ ਪ੍ਰੋਬਲਮ ਦਾ ਸੋਰਸ ਵੀ ਹੈਗੀਆਂ ਜੀ। ਯਾਨੀ ਕਿ ਟੂਰਿਜ਼ਮ ਦਾ ਦੇ ਨਾਲ ਪ੍ਰੋਬਲਮ ਵੀ ਹੁੰਦੀ ਆ ਜੇ ਇਹਨਾਂ ਨੂੰ ਕਹਿੰਦੇ ਯਾਨੀ ਕਿ ਕਰੈਕਟਲੀ ਮੈਨੇਜ ਨਾ ਕੀਤਾ ਜਾਵੇ। ਤਾਂ ਕੁਐਸਚਨ ਵੈਰੀ ਸਿੰਪਲ ਪੁੱਛਿਆ ਜੀ, ਐਡਵਾਂਟੇਜ ਤੇ ਡਿਸਐਡਵਾਂਟੇਜ ਦੱਸਣੀ ਆ ਟੂਰਿਜ਼ਮ ਦੀਆਂ ਮਾਡਰਨ ਵਰਲਡ ਦੇ ਵਿੱਚ। ਸੋ ਚਲੋ ਜੀ ਆਪਾਂ ਸਿੰਪਲ ਆਨਸਰ ਦੇ ਵੱਲ ਜਾਂਦੇ ਹਾਂ। ਸਿੰਪਲ ਸਟੇਟਮੈਂਟ ਸੀ ਜੀ, ਜ਼ਿਆਦਾਤਰ ਪਲੇਸਿਸ ਵਰਲਡ ਦੇ ਵਿੱਚੋਂ ਟੂਰਿਜ਼ਮ ਤੇ ਡਿਪੈਂਡ ਕਰਦੀਆਂ, ਬਟ ਜੇ ਟੂਰਿਜ਼ਮ ਨੂੰ ਕਰੈਕਟਲੀ ਮੈਨੇਜ ਨਾ ਕੀਤਾ ਜਾਵੇ ਤਾਂ ਇਹ ਚੀਜ਼ ਦੀਆਂ ਡਰੋਬੈਕਸ ਹੋ ਸਕਦੀਆਂ ਜੀ, ਯਾਨੀ ਕਿ ਪ੍ਰੋਬਲਮਸ ਹੋ ਸਕਦੀਆਂ ਕਹਿੰਦੇ ਬਹੁਤ ਵੱਡੀਆਂ। ਤਾਂ ਕਹਿੰਦੇ ਐਡਵਾਂਟੇਜ ਤੇ ਡਿਸਐਡਵਾਂਟੇਜ ਕੀ ਹੈ ਜੀ, ਕਹਿੰਦੀਆਂ ਟੂਰਿਜ਼ਮ ਦੀਆਂ ਜੀ। ਤਾਂ ਧਿਆਨ ਨਾਲ ਦੇਖਿਓ ਜੋ ਆਪਣਾ ਸਿੰਪਲ ਆਨਸਰ ਹੈ ਜੀ। ਹਾਂਜੀ, ਪਹਿਲਾਂ ਆਪਾਂ ਸਾਈਮਨ ਦੇ ਰੀਡ ਕਰਦੇ ਹੁੰਦੇ ਹਾਂ, ਇਹਨਾਂ ਦਾ ਹੀ ਮੈਂ ਤੁਹਾਨੂੰ ਨਾਮ ਦੱਸੂਗਾ। ਤੇ ਕੀ ਕਹਿੰਦੇ ਜੀ, ਕਹਿੰਦੇ ਨਾਓ ਡੇਜ਼ ਟੂਰਿਜ਼ਮ ਜਨਰੇਟਸ, ਜਨਰੇਟਸ ਦਾ ਮਤਲਬ ਹੁੰਦਾ ਹੀ ਪੈਦਾ ਕਰਨਾ, ਪ੍ਰੋਡਿਊਸ ਕਰਨਾ। ਟੂਰਿਜ਼ਮ ਕਹਿੰਦੇ ਜਨਰੇਟ ਕਰਦਾ, ਕੀ ਜਨਰੇਟ ਕਰਦਾ ਜੀ, ਸਿਗਨੀਫਿਕੈਂਸ ਹਾਂਜੀ ਪੋਰਸ਼ਨ ਆਫ, ਉਹ ਕਹਿੰਦੇ ਕਿ ਨੈਸ਼ਨਲ ਇਨਕਮ। ਨੈਸ਼ਨਲ ਕਿਉਂ ਕਿਹਾ, ਕਿਉਂਕਿ ਇਹਨਾਂ ਨੇ ਕਿਹਾ ਸੀ ਕਾਫੀ ਜ਼ਿਆਦਾ ਪਲੇਸਿਸ ਉਹਦੇ ਤੇ ਡਿਪੈਂਡ ਕਰਦੇ ਆ। ਪਲੇਸਿਸ ਯਾਨੀ ਕਿ ਇਹ ਕੰਟਰੀਜ਼ ਨੂੰ ਕਹਿ ਰਹੇ ਆ, ਤੇ ਕੰਟਰੀ ਦੀ ਇਨਕਮ ਜਿਹੜੀ ਹੁੰਦੀ ਆ ਉਹ ਨੈਸ਼ਨਲ ਇਨਕਮ ਹੀ ਤਾਂ ਹੁੰਦੀ ਹੈ ਜੀ। ਤਾਂ ਇਹ ਕੀ ਕਹਿੰਦੇ ਜੀ, ਅੱਜ ਕੱਲ੍ਹ ਟੂਰਿਜ਼ਮ ਜਨਰੇਟ ਕਰਦਾ ਕਹਿੰਦੇ ਸਿਗਨੀਫਿਕੈਂਟ ਹਾਂਜੀ ਪੋਰਸ਼ਨ ਆਫ ਨੈਸ਼ਨਲ ਇਨਕਮ। ਸਾਰੀ ਕੋਲੋਕੇਸ਼ਨ ਹੈ ਜੀ ਇਹ ਬਣੀ ਤਾਂ ਫੋਰ ਮੈਨੀ ਕੰਟਰੀਜ਼, ਬਟ ਆ ਕੰਪਾਉਂਡ ਸੈਂਟੈਂਸ ਲਾਇਆ ਜੀ, ਨਾਲ ਦੀ ਨਾਲ ਨੋਟ ਕਰੀ ਚੱਲਿਓ ਇਹ। ਤੇ ਬਟ ਤੋਂ ਪਹਿਲਾਂ ਦੇਖੋ ਜੀ ਕੌਮਾ ਲਾਇਆ ਵਾ ਜੋ ਕਿ ਤੁਸੀਂ ਕਈ ਵਾਰੀ ਨਹੀਂ ਲਾਉਂਦੇਗੇ। ਬਟ ਕਹਿੰਦੇ ਇਟ ਹੈਜ਼ ਸਰਟਨ ਡਰੋਬੈਕਸ ਟੂ, ਬਟ ਇਹਦੀਆਂ ਡਰੋਬੈਕਸ ਵੀ ਹੈਗੀਆਂ ਜੀ। ਕਹਿੰਦੇ ਦਿਸ ਐਸ ਵਿਲ ਐਗਜ਼ਾਮਿਨ, ਕੀ ਚੀਜ਼ ਐਗਜ਼ਾਮਿਨ ਕਰੂਗਾ ਜੀ, ਐਡਵਾਂਟੇਜਸ ਤੇ ਡਿਸਐਡਵਾਂਟੇਜਸ ਕਿਹਦੀਆਂ ਜੀ, ਟੂਰਿਜ਼ਮ ਦੀਆਂ। ਕਿਤੇ ਕਿਤੇ ਲੈਕ ਆਫ ਪੈਰਾਫਰੇਜ਼ਿੰਗ ਹੈ ਜੀ, ਲੈਕ ਆਫ ਪੈਰਾਫਰੇਜ਼ਿੰਗ। ਤੇ ਪ੍ਰੋਵਾਈਡ ਕਰੂਗਾ ਜੀ ਲੌਜੀਕਲ ਕਨਕਲੂਜਨ। ਤੇ ਕਿਤੇ ਨਾ ਕਿਤੇ ਜੋ ਇਹਨਾਂ ਦੀ ਆ ਥੀਸਿਸ ਸਟੇਟਮੈਂਟ ਵੀ ਥੋੜੀ ਜੀ ਜ਼ਿਆਦਾ ਟੈਕਸਟ ਬੁੱਕ ਦੇ ਵਾਂਗੂ ਹੈ ਜੀ। ਆ ਵਾਲੀ ਚੀਜ਼ ਵੈਸੇ ਵਧੀਆ ਵਾ, ਜ਼ਿਆਦਾ ਮਾੜੀ ਨਹੀਂ ਕਹਿ ਸਕਦੇ, ਬਟ ਆ ਚੀਜ਼ਾਂ ਲੈਕ ਆਫ ਪੈਰਾਫਰੇਜ਼ਿੰਗ ਹੈ ਜੀ, ਇਹ ਕਿਤੇ ਨਾ ਕਿਤੇ ਇਹਨਾਂ ਦੇ ਨੈਗੇਟਿਵ ਪੁਆਇੰਟ ਹੈ ਜੀ। ਉੱਪਰ ਆਪਾਂ ਇੱਕ ਕੋਲੋਕੇਸ਼ਨ ਦੇਖੀ, ਇੱਥੇ ਆਪਾਂ ਕੰਪਾਊਂਡ ਸੈਂਟੈਂਸ ਦੇਖਿਆ ਜੀ। ਤੇ ਵੈਸੇ ਕੋਈ ਫਾਲਤੂ ਗੱਲ ਨਹੀਂ ਕੀਤੀ, ਬਸ ਇੰਟਰੋ ਦੇ ਵਿੱਚ ਪੈਰਾਫਰੇਜ਼ ਕੀਤਾ ਕਿ ਪੈਰੇ ਨੇ ਕੀ ਕਹਿਣਾ ਵਾ, ਬਸ ਉਹ ਚੀਜ਼ ਦੱਸੀ ਹੈ। ਹੁਣ ਆਪਾਂ ਜੇ ਐਡਵਾਂਟੇਜ ਦੇਖੀਏ ਤਾਂ ਇਹਨਾਂ ਨੇ ਪੈਰਾ ਕਿਵੇਂ ਸ਼ੁਰੂ ਕੀਤਾ ਤੇ ਕਿਵੇਂ ਕਿਵੇਂ ਸਾਰਾ ਕੁਝ ਲਿਖਣਾ ਜੀ, ਉਹ ਆਪਾਂ ਚੀਜ਼ ਦੇਖਦੇ ਹਾਂ ਜੀ। ਤਾਂ ਕਹਿੰਦੇ ਦਾ ਮੇਨ, ਦਾ ਟੂ ਮੇਨ ਐਡਵਾਂਟੇਜਸ ਜਿਹੜੀਆਂ ਹੈਗੀਆਂ, ਇਹ ਸਟਾਰਟਿੰਗ ਤੁਸੀਂ ਦੱਸ ਰਹੇ ਹੋ ਜੀ ਆਪਣਾ ਟੌਪਿਕ ਸੈਂਟੈਂਸ ਹੁੰਦਾ ਜਿਹੜਾ। ਦਾ ਟੂ ਮੇਨ ਐਡਵਾਂਟੇਜਸ ਜਿਹੜੀਆਂ ਹੈਗੀਆਂ ਕਿਹਦੀਆਂ ਜੀ, ਆਫ ਡਿਵੈਲਪਡ ਟੂਰਿਜ਼ਮ ਇੰਡਸਟਰੀ। ਕੋਲੋਕੇਸ਼ਨ ਲਈ ਹੈ ਜੀ ਡਿਵੈਲਪਡ ਟੂਰਿਜ਼ਮ ਇੰਡਸਟਰੀ। ਉਹ ਦੋ ਐਡਵਾਂਟੇਜਸ ਕਿਹੜੀਆਂ ਕਿਹੜੀਆਂ ਵਾ, ਆਰ ਲਾਇਆ ਜੀ ਐਡਵਾਂਟੇਜਸ ਦੇ ਲਈ, ਕਿਹੜੀਆਂ ਕਿਹੜੀਆਂ। ਬੂਸਟ ਇਨ ਕੰਟਰੀਜ਼ ਇਕਨੋਮੀ, ਆ ਪਹਿਲੀ ਹੈ ਜੀ, ਬੂਸਟ ਇਨ ਕੰਟਰੀਜ਼ ਇਕਨੋਮੀ। ਐਂਡ ਦੂਜੇ ਨੰਬਰ ਤੇ ਕਿਹੜੀ ਹੈ ਜੀ, ਲਾਰਜ ਨੰਬਰ ਆਫ ਨਿਊ ਜੋਬ ਓਪਨਿੰਗਸ, ਨਿਊ ਜੋਬ ਓਪਨਿੰਗਸ। ਕੋਲੋਕੇਸ਼ਨਸ ਕਾਫੀ ਲਾ ਰਹੇ ਹੈ ਜੀ ਫੋਰ ਲੋਕਲ ਪੀਪਲ। ਇਹਨਾਂ ਨੇ ਆਪਣੇ ਹਰ ਇੱਕ ਰਾਈਟਰ ਦੇ ਲਿਖਣ ਦਾ ਵੇ ਵੱਖਰਾ ਹੁੰਦਾ ਜੀ। ਇਹਨਾਂ ਨੇ ਆਪਣੀ ਪਹਿਲੀ ਲਾਈਨ ਦੇ ਵਿੱਚ ਹੀ ਇਹ ਦੱਸਤਾ ਕਿ ਦੋ ਮੇਨ ਜਿਹੜੀਆਂ ਐਡਵਾਂਟੇਜਸ ਹੈਗੀਆਂ ਉਹ ਕਿਹੜੀਆਂ ਕਿਹੜੀਆਂ ਵਾ, ਆ ਹੈਗੀਆਂ ਵਾ ਜੀ ਪਹਿਲੇ ਨੰਬਰ ਤੇ ਜੀ, ਤੇ ਨਿਊ ਜੋਬ ਓਪਨਿੰਗਸ ਇਹ ਹੈਗੀਆਂ ਜੀ ਦੂਜੇ ਨੰਬਰ ਤੇ। ਤੇ ਹੁਣ ਆਹ ਵਾਲੀਆਂ ਨੀਚੇ ਵਾਲੀਆਂ ਲਾਈਨਾਂ ਦੇ ਵਿੱਚ ਇਹਨਾਂ ਦਾ ਪਹਿਲਾ ਪੁਆਇੰਟ ਐਕਸਪਲੇਨ ਕੀਤਾ ਵਾ, ਤੇ ਬਾਅਦ ਚੋਂ ਬਸ ਦੂਜਾ ਕੀਤਾ ਵਾ ਜੀ। ਪੂਰਾ ਸਿੰਪਲ ਸਟ੍ਰੇਟ ਫਾਰਵਰਡ ਡਾਇਰੈਕਸ਼ਨ ਦੇ ਵਿੱਚ ਲਿਖ ਰਹੇ ਆ ਜੀ। ਫਸਟਲੀ, ਫਸਟਲੀ ਦੱਸਿਆ ਤਾਂ ਪਹਿਲਾਂ ਹੀ ਹੈ ਜੀ, ਤਾਂ ਕਰਕੇ ਉਹਨੂੰ ਦੂਰੀ ਵਾਰੀ ਰਿਪੀਟ ਕਰਨ ਦਾ ਤਾਂ ਕੋਈ ਫਾਇਦਾ ਹੀ ਨੀਗਾ। ਹੁਣ ਦੂਰੀ ਵਾਰੀ ਫੇਰ ਲਿਖਣਗੇ ਵੀ ਫਸਟਲੀ ਜੀ ਇਹ, ਫਿਰ ਬੂਸਟ ਨੂੰ, ਹਾਂਜੀ ਬੂਸਟ ਨੂੰ ਕਹਿ ਜੀ ਇਨਕਰੀਜ਼ ਕਰਦੀ ਆ ਕੰਟਰੀ ਦੀ ਇਕਨੋਮੀ ਨੂੰ, ਹੋਰ ਕੁਝ ਲਿਖਣਗੇ ਜੀ ਤਾਂ ਇਗਜ਼ਾਮੀਨਰ ਨੂੰ ਪਤਾ ਮੈਂ ਉੱਪਰ ਲਿਖਿਆ ਆ, ਡਾਇਰੈਕਟ ਐਕਸਪਲੇਨ ਕਰੀ ਜਾਂਦਾ। ਕਹਿੰਦੇ ਜੀ ਟੂਰਿਸਟ ਸਪੈਂਡ ਕਰਦੇ ਆ ਮਨੀ ਕਾਹਦੇ ਤੇ, ਵਾਈਡ ਰੇਂਜ ਆਫ ਸਰਵਿਸਸ, ਕਾਫੀ ਜ਼ਿਆਦਾ ਸਰਵਿਸਸ ਤੇ। ਤੇ ਉਹਨਾਂ ਦੇ ਵਿੱਚ ਸ਼ਾਮਿਲ ਕਿਹੜੀਆਂ ਕਿਹੜੀਆਂ ਹੁੰਦੀਆਂ, ਕਹਿੰਦੇ ਉਹਨਾਂ ਦਾ ਨਾਮ ਲਿਖੀ ਜਾਂਦਾ ਜੀ। ਹੁਣ ਰਾਈਟਰ ਐਗਜ਼ਾਮਪਲ ਵੀ ਨਹੀਂ ਦਊਗਾ, ਕਿਉਂ, ਕਿਉਂਕਿ ਕਿਹੜੀਆਂ ਸਰਵਿਸਸ ਤੇ ਉਹ ਪੈਸਾ ਸਪੈਂਡ ਕਰਦੇ ਉਹ ਨਾਲ ਹੀ ਲਿਖੀਆਂ ਪਈਆਂ। ਕਹਿੰਦੇ ਜੀ ਹੋਟਲਸ ਹੋ ਗਿਆ, ਫਿਰ ਅਮਿਊਜ਼ਮੈਂਟਸ ਹੋ ਗਿਆ ਯਾਨੀ ਕਿ ਇੰਟਰਟੇਨਮੈਂਟ ਵਾਲੇ ਸੋਰਸ ਹੁੰਦੇ,
ट्रांसपोर्टेशन हो गया, फूड हो गया ते मेडिकल सर्विसेज हो गया जी। ते ए सारियां चीजां ते कहिंदे पैसा स्पेंड हुंदा वा। दिस वे ए वाली जिहड़ी चीज है जी, ये रास्ता जिहड़ा हैगा जी, दिस वे टूरिज्म यील्ड एन अडिशनल इनकम। जिहड़ा टूरिज्म आ उह होर यानी कि इनकम पैदा करदे आ कंट्री दे विच, यील्ड हुंदा पैदा करना, जिहड़ी के की करदी है जिहड़ा दिस वे आ। दिस वे दी गांझ है कि इन्हां ने वर्ब लाई जी, दिस वे greatly supporting the country's economy। हुण इत्थे ग्रामेटिकल मिस्टेक निकी दी है जी, की कहिंदे जी, दिस वे greatly supports कहना सी जी इत्थे ना, कहिंदे जी इह जिहड़ा रास्ता वा जिहदे विच की आ टूरिज्म यील्ड एंड अडिशनल इनकम, जिहदे विच ओह अडिशनल इनकम पैदा करदे आ, greatly supports the country's economy जी। ਤਾਂ ਆ ਇਹਨਾਂ ਦਾ ਪਹਿਲਾ ਪੈਰਾ ਜਿਹੜਾ ਪਹਿਲਾ ਪੁਆਇੰਟ ਸੀ ਉਹ ਖਤਮ ਹੋ ਗਿਆ ਜੀ। ਉੱਪਰ ਕਹਿ ਕੇ ਆਇਆ ਸੀਗਾ ਕਿ ਕੰਟਰੀ ਦੀ ਇਕੋਨਮੀ 'ਚ ਬੂਸਟ ਹੁੰਦਾ ਵਾ, ਨੀਚੇ ਲਿਖ ਰਿਹਾ ਜੀ ਜਿਹੜੇ ਟੂਰਿਸਟ ਆ ਜੀ ਉਹ ਕਾਫੀ ਜ਼ਿਆਦਾ ਸਰਵਿਸਿਸ ਦੇ ਉੱਪਰ ਜੀ ਉਹ ਪੈਸਾ ਸਪੈਂਡ ਕਰਦੇ ਆ, ਤੇ ਇਹ ਜਿਹੜਾ ਕਹਿੰਦੇ ਵਾਧੂ ਦੀ ਇਨਕਮ ਜਿਹੜੀ ਪੈਦਾ ਕਰਦੇ ਆ ਉਹ ਇਹਦੇ ਨਾਲ ਕੰਟਰੀ ਦੀ ਇਕੋਨਮੀ ਉਹ ਸਪੋਰਟ ਹੋ ਜਾਂਦੀ ਹੈ। ਕਲੋਜ਼ ਕਰਨ ਲੱਗਿਆਂ ਜ਼ਰੂਰ ਉਹਦੀ ਪੈਰਾਫਰੇਜ਼ਿੰਗ ਕਰਤੀ, ਧਿਆਨ ਨਾਲ ਦੇਖੋ ਜਦੋਂ ਪੁਆਇੰਟ ਕਲੋਜ਼ ਕਰਨਾ ਸੀਗਾ। ਹੁਣ ਸੈਕਿੰਡਲੀ ਪੁਆਇੰਟ, ਸੈਕਿੰਡਲੀ ਪੁਆਇੰਟ ਦੱਸਿਆ ਤਾਂ ਪਹਿਲਾਂ ਹੀ ਪਿਆ ਜੀ ਕਿਹੜਾ, ਲਾਰਜ ਨੰਬਰ ਆਫ ਜੋਬ ਓਪਨਿੰਗ। ਇਗਜ਼ਾਮੀਨਰ ਨੂੰ ਪਹਿਲਾਂ ਹੀ ਪਤਾ ਇਹਦੇ ਸਾਰੇ ਪੈਰੇ 'ਚ ਕੀ ਲਿਖਿਆ ਹੋਇਆ। ਟੂਰਿਜ਼ਮ ਕਹਿੰਦੇ ਇਨਕਰੀਜ਼ਸ ਦਾ ਲੈਵਲ ਆਫ ਇੰਪਲੋਇਮੈਂਟ। ਤੁਸੀਂ ਕਹਿੰਦੇ ਹੋ ਇਕੱਲਾ ਇੰਪਲੋਇਮੈਂਟ, ਇਹਨਾਂ ਨੇ ਕੀ ਕਹਿਤਾ ਲੈਵਲ ਆਫ ਇੰਪਲੋਇਮੈਂਟ ਬਾਏ ਬ੍ਰਿੰਗਿੰਗ ਨਿਊ ਜੋਬਸ, ਨਵੀਆਂ ਜੋਬ ਲਿਆ ਕੇ। ਕਹਿੰਦੀ ਹੁਣ ਇਗਜ਼ਾਮਪਲ ਦਿੱਤੀ ਵੀ ਨਵੀਆਂ ਨਵੀਆਂ ਜੋਬ ਕਿਵੇਂ ਲੈ ਕੇ ਆਉਂਦੇ ਆ ਜੀ, ਜਾਂ ਕਿਹੜੀਆਂ ਲੈ ਕੇ ਆਉਂਦੇ, ਧਿਆਨ ਨਾਲ ਦੇਖਿਓ ਜੀ। ਕਹਿੰਦੇ ਜੀ ਜਿਹੜੇ ਜੋ ਟੂਰਿਜ਼ਮ ਆ ਉਹ ਲੈਵਲ ਆਫ ਇੰਪਲੋਇਮੈਂਟ ਉਹ ਵਧਾਉਂਦੇ ਆ, ਨਵੀਆਂ ਜੋਬ ਅਪਰਚੁਨਿਟੀਆਂ। ਹੁਣ ਪਹਿਲੀ ਗੱਲ ਤਾਂ ਇਹਦੀ ਐਗਜ਼ਾਮਪਲ ਦੇ ਵਿੱਚ ਨਵੀਆਂ ਜੋਬਸ ਕਿਹੜੀਆਂ ਉਹਨਾਂ ਦੇ ਬਾਰੇ ਲਿਖਿਆ ਹੋਊਗਾ, ਤੇ ਉਹਨਾਂ ਦਾ ਲੈਵਲ ਵਧਦਾ ਵਾ ਜੀ ਇਹਦੇ ਬਾਰੇ ਜ਼ਿਕਰ ਕੀਤਾ ਹੋਊਗਾ ਜੀ। ਤਾਂ ਆਪਣੇ ਪਿਛਲੀ ਲਾਈਨ ਦੇ ਡਿਟੋ ਐਗਜ਼ਾਮਪਲ ਮੈਚ ਕਰਾਈ ਹੋਣੀ ਆ ਜੀ। ਫੋਰ ਐਗਜ਼ਾਮਪਲ ਕਹਿੰਦੇ ਇਨਫਲਕਸ ਆਫ ਟੂਰ, ਜੋ ਟੂਰਿਸਟ ਆ ਜੀ ਇਹਨਾਂ ਨੇ ਪਿੱਛੋਂ ਟੂਰਿਜ਼ਮ ਨੂੰ ਟੂਰਿਸਟ ਬਣਾਤਾ, ਰਿਜ਼ਲਟਸ ਇਨ ਲਾਰਜ ਡਿਮਾਂਡ ਇਨ, ਉਹ ਕਹਿੰਦੇ ਕਿ ਰੈਸਟੋਰੈਂਟ ਇਹਨਾਂ ਦੇ ਨਾਲ ਕੀ ਚ ਡਿਮਾਂਡ ਵੱਧਦੀ ਆ, ਰੈਸਟੋਰੈਂਟ ਹੋ ਗਏ, ਰੈਸਟੋਰੈਂਟ ਵਰਕਰ, ਟੂਰ ਗਾਈਡਡ ਹੋ ਗਏ, ਹੋਟਲ ਸਟਾਫ ਹੋ ਗਿਆ ਜੀ। ਤੇ ਇਹ ਹੁਣ ਸਾਰੇ ਕਿਹਦੀ ਤਰਫ ਇਸ਼ਾਰਾ ਕਰਦੇ ਆ, ਨਿਊ ਜੋਬਸ ਓਪਨਿੰਗ ਹੋਈਆਂ ਜਿਹੜੀਆਂ, ਕਿਹਦੇ ਕਿਹਦੇ ਚ ਹੋਈਆਂ, ਰੈਸਟੋਰੈਂਟ, ਟੂਰ ਗਾਈਡਸ ਹੋ ਗਏ, ਹੋਟਲ ਸਟਾਫ ਹੋ ਗਿਆ, ਤੇ ਇੰਪਲੋਇਜ ਹੋਰ ਕਿੱਧਰ ਚਾਹੀਦੇ ਹੁੰਦੇ ਆ ਜਿਹੜੇ ਯਾਨੀ ਕਿ ਰਿਟੇਲ ਸਰਵਿਸ ਦੇ ਵਿੱਚ, ਰਿਟੇਲ ਜਿਹੜੀ ਆ ਜੋ ਵੀ ਚੀਜ਼ਾਂ ਆਪਾਂ ਰਿਟੇਲਿੰਗ ਦਾ ਕੰਮ ਕਰਦੇ, ਬਾਇੰਗ ਤੇ ਸੈਲਿੰਗ ਦਾ ਕੰਮ। ਓਕੇ, ਐਗਜ਼ਹੌਟਿੰਗ ਇਹਦਾ ਮਤਲਬ ਕੀ, ਐਗਜ਼ਹੌਟ ਕਹਿੰਦੇ ਐਗਜ਼ਹੌਟਿੰਗ, ਓਕੇ, ਬਿਜ਼ਨਸ ਓਨਰ ਟੂ ਹਾਇਰ, ਉਹਨਾਂ ਨੂੰ ਇੱਕ ਤਰ੍ਹਾਂ ਦਾ ਇਹ ਪ੍ਰੈਸ਼ਰ ਪਾਉਂਦੀ ਹੈ, ਚੀਜ਼ ਮੋਟੀਵੇਟ ਕਰਦੀ ਹੈ, ਉਹ ਹਾਇਰ ਕਰ ਲੈਂਦੇ ਆ ਜ਼ਿਆਦਾ ਪੀਪਲ ਇਹ ਪੁਜੀਸ਼ਨ ਦੇ ਲਈ। ਕਿਹੜੀਆਂ ਪੁਜੀਸ਼ਨ ਜਿਹੜੀਆਂ ਹੁਣੀ ਦੱਸੀਆਂ ਵਾ, ਟੂਰ ਗਾਈਡਡ ਹੋ ਗਿਆ, ਹੋਟਲ ਸਟਾਫ ਹੋ ਗਿਆ, ਰੈਸਟੋਰੈਂਟ ਹੋ ਗਿਆ, ਵਰਕਰ, ਆਹ ਸਾਰੀਆਂ ਚੀਜ਼ਾਂ ਲਈ। ਤਾਂ ਦੋ ਪੁਆਇੰਟ ਜਿਹੜੇ ਸੀਗੇ ਉਹ ਟੋਪਿਕ ਸੈਂਟੈਂਸ ਦੇ ਵਿੱਚ ਦੱਸੇ ਹੋਏ ਸੀਗੇ ਜੀ ਇਹਨਾਂ ਦੇ, ਟੋਪਿਕ ਸੈਂਟੈਂਸ ਦੇ ਵਿੱਚ ਹੀ। ਤੇ ਅੱਗੇ ਜਾ ਕੇ ਉਹ ਚੀਜ਼ ਨੂੰ ਕੀ ਕੀਤਾ ਹੋਇਆ ਸੀ ਜੀ, ਐਕਸਪਲੇਨ ਕੀਤਾ ਹੋਇਆ ਸੀਗਾ। ਤਾਂ ਨਿੱਕਾ ਜਿਹਾ ਪੈਰਾ ਸੀ, ਕੋਈ ਵੀ ਲਾਈਨ ਫਾਲਤੂ ਨਹੀਂ ਗਈ ਜੀ, ਇੱਕ ਵੀ ਲਾਈਨ ਇੱਦਾਂ ਦੀ ਨਹੀਂ ਸੀ ਜਿਹੜੀ ਬ੍ਰੇਕ ਦੇ ਕੋਈ ਯਾਨੀ ਕਿ ਟੁੱਟਦੀ ਹੋਵੇ। ਤੇ ਜੇ ਆਪਾਂ ਗੱਲ ਕਰੀਏ ਇਹਦੀ ਆਪਣੀ ਯਾਨੀ ਕਿ ਲੈਕਸੀਕਲ ਜਿਹੜੇ ਰੀਸੋਰਸਿਸ ਆ, ਤਾਂ ਯੀਲਡ ਅਡੀਸ਼ਨਲ ਆਪਣੇ ਇਨਕਮ ਹੋ ਗਈ, ਬੂਸਟ ਇਨ ਕੰਟਰੀ ਇਕੋਨਮੀ ਹੋ ਗਿਆ, ਲਾਰਜ ਨੰਬਰ ਆਫ ਜੋਬ ਓਪਨਿੰਗਸ ਹੋ ਗਿਆ, ਤੇ ਉਧਰੋਂ ਅਮਿਊਜ਼ਮੈਂਟ ਵਰਡ ਹੋ ਗਿਆ ਜਿਵੇਂ ਜੀ, ਲੈਵਲ ਆਫ ਇੰਪਲੋਇਮੈਂਟ ਹੋ ਗਿਆ। ਤਾਂ ਆਹ ਵਾਲੇ ਆਪਣੇ ਕੀ ਆ, ਵੋਕੈਬਲਰੀ ਤੇ ਆਪਣੇ ਲੈਕਸੀਕਲ ਰੀਸੋਰਸਿਸ। ਆਪਾਂ ਗੱਲ ਕਰੀਏ ਉਹਨਾਂ ਦੀ ਜੀ ਆਰ ਏ ਦੀ ਜੀ, ਆਪਾਂ ਜੀ ਆਰ ਏ ਦੀ ਗੱਲ ਕਰੀਏ ਜੀ। ਤਾਂ ਪਹਿਲੀ ਲਾਈਨ ਜਿਹੜੀ ਸੀਗੀ ਜੀ, ਪਹਿਲੀ ਲਾਈਨ ਸਿੰਪਲ ਸੈਂਟੈਂਸ ਆ ਜੀ, ਇਹ 'ਚ ਕੋਈ ਕੰਪਾਊਂਡ ਸੈਂਟੈਂਸ ਦਾ ਕੰਬੀਨੇਸ਼ਨ ਨਹੀਂ, ਕੋਈ ਕੰਪਲੈਕਸਿਟੀ ਦਾ ਕੰਬੀਨੇਸ਼ਨ ਨਹੀਂ ਹੈਗਾ। ਤਾਂ ਇਹ ਕੀ ਹੋ ਗਈ ਜੀ, ਇਹ ਆਪਣੀ ਇੱਕ ਸਿੰਪਲ ਸੈਂਟੈਂਸ ਹੋ ਗਈ। ਦੂਸਰੇ ਵਿੱਚ ਟੂਰਿਸਟ ਸਪੈਂਡ ਕਰਦੇ ਬਹੁਤ ਜ਼ਿਆਦਾ ਮਨੀ ਜੀ, ਇਹਨੂੰ ਐਡਵਰਬ, ਇਹਨੂੰ ਇਹਨਾਂ ਨੇ ਥੋੜ੍ਹਾ ਮੋਡੀਫਾਈ ਜ਼ਰੂਰ ਕਰਤਾ ਜੀ, ਗਾਂ ਆ ਵਧਾ ਕੇ ਇਹਦੇ ਰਾਹੀਂ। ਵੈਸੇ ਇਹਦੇ ਵਿੱਚ ਜੇ ਮੇਨ ਸਬਜੈਕਟ ਤੇ ਉਹ ਦੇਖੀ ਜਾਈਏ ਤਾਂ ਇਹ ਵੀ ਜ਼ਿਆਦਾਤਰ ਕੀ ਹੈ ਜੀ, ਸਿੰਪਲ ਸੈਂਟੈਂਸ, ਇਹਦੇ ਨਾਲ ਵੀ ਕੋਈ ਕੰਪਾਊਂਡ ਥੋੜ੍ਹੀ ਜੋੜਿਆ ਹੋਇਆ, ਕੋਈ ਕੰਪਲੈਕਸ ਥੋੜ੍ਹੀ ਜੋੜਿਆ ਹੋਇਆ, ਜਸਟ ਉਹਨੂੰ ਮੋਡੀਫਾਈ ਕੀਤਾ ਜੀ ਬਸ। ਤੇ ਅਗਲੇ ਦੇ ਵਿੱਚ ਆਹ ਚੀਜ਼ ਰੱਖ ਕੇ ਜ਼ਰੂਰ ਇਹਨਾਂ ਨੇ ਇਹਨੂੰ ਕੀਤਾ ਵਾ, ਜੋ ਕਿ ਆਪਾਂ ਇਹਨੂੰ ਥੋੜ੍ਹਾ ਜਿਹਾ
सिंपल प्लस सेंटेंस करांगे। अगले विच जाके देखिए तां फिर एक सिंपल सेंटेंस है जी। नैक्सट विच जाके देखिए तां अपना इतों लैके इनफ्लक्स तो लैके जी एक फिर इन्होंने जीरंड फॉर्म नाल जोड़िया होया, ये आपां कह सकदे इहनूं ये कंपलैक्सिटी है जी। तो ज़्यादातर सेंटेंस सिंपल आ ते नीचे आके एक दो इहदे विचों कंपलैक्स है जी। चलो जी अगे जाके देखते हैं आपां हुण थोड़ा जिहा इन्होंने बट तो सेंटेंस स्टार्ट नहीं हुंदा हुंदा, ये निक्की जी मिसटेक सी जी। बट तो वैसे राइटर बहुत करते हैं, रीडिंग भी करते हैं, बट जे आप कही भी थोड़ी जी फॉर्मल राइटिंग रखनी हो तो बट तो सेंटेंस स्टार्ट नहीं होंगे जी। ये कह सकते थे तो हाउ एवर ला के कॉमा ला के बाद चो सेंटेंस, ये इन्होंने निक्की जी इतने कह सकते हैं, गलत नहीं कह सकते, बट इदा नहीं स्टार्ट करना चाहिए सी। टूरिज्म कहिंदे इन्हां कोले की है मेजर डिसएडवांटेज भी है जी इन्हां कोले। हुण डिसएडवांटेज देखो वोकैबुलरी रिपीट कर रहे हैं जी वारी वारी, हालांकि इहदी तां डीमेरिट्स हो गया जी, नैगेटिव कॉन्सीक्वेंसिस हो गए, कोलोकेशन लाइया जा सकदियां जी। ते जिहड़ी इन्हां दी हैबिट है जी जिवें उपर वाले पैरे च फॉलो कीती है कि पहले पैरे दे विच ही दो मेन कीवर्ड दसते सीगे बाद चो एक्सप्लेन करते, सेम एग्जामिनर हुण इन्दे विच भी राइटर मेन जिहड़ियां डिसएडवांटेज उह लिख रहा वा पहला, उह मैनशन कर रहा पहले लाइन दे विच ही। डिस्ट्रैक्शन ऑफ पॉपूलर टूरिस्ट डेस्टिनेशन हो गया जी, पॉपूलर टूरिस्ट डेस्टिनेशन की डिस्ट्रैक्शन हो जाती है जी तोड़ फोड़। दूसरी केड़ी है जी डिवलपमेंट ऑफ ओके इनलीगल इकोनॉमिकल ओके इकोनॉमिक्स एक्टिविटी, कुछ क इनलीगल चीजा होने लग जा जी, ये दूसरे नंबर से डिसएडवांटेज है जी। आ इन्हों की पहले नंबर से डिसएडवांटेज है जी, आ इन्हों तो मिसप्रिंटिंग हुई होनी है जी। हम देखो पहले नंबर से की क्या वा जेडे टूरिस्ट डेस्टिनेशन उन्होंने डिस्ट्रैक्शन होना, या फिर लाइन भी कि सपोर्ट तो स्टार्ट हो रही है पहले पॉइंट नूं एक्सप्लेन करन ते डायरेक्ट एक्सप्लेन कर रहा जी, क्योंकि मैंशन उपर किया होया जी, वारी वारी सेम चीज ने घुमा के लिखी जाना उनका भी कोई खास फायदा नहीं। कहिंदे जिहड़ियां पुरानियां बिल्डिंग्स दस रहे हैं हुण जी किहड़ियां किहड़ियां टैंपल्स हो गईयां मोनूमेंट हो गईयां जिहड़ियां पुरानियां हिस्टोरिकल बिल्डिंग्स आ, स्ट्रगल ये हुण स्ट्रगल करदियां जी कहिंदे, कोप विद, कोप दा मतलब हुंदा सामना करना, इहनां तों सामना नहीं हुंदा जी। किहदे नाल वास्ट अमाउंट ऑफ ओके विजिटर्स ट्रैफिक, विजिटर्स ट्रैफिक किहनूं कह रहे, झुंड नूं कह रहे जी, भीड़ नूं कह रहे, वास्ट अमाउंट ऑफ कोलोकेशन थोड़ी जी वधाई है, एंड गैट डैमेज्ड, तो ये चीजा कहते जी डैमेज हो जाए। सिंपल सेंटेंस है जी, ये एग्जामिनर एक स्ट्रक्चर तो ज्यादा फोकस दिता, वह स्ट्रक्चर कही आ ये सब्जेक्ट तो बाद चो विच वाले कॉमिया जहाँ ज्यादा जाने की इम्फेसाइज कर रहे हैं जी। इतने भी इन्हें जीरन फॉर्म न तोड़िया, इतने भी इन्हें इनकलूडिंग वाली चीज लिखी, इतने भी इन्हें विच ही चीजा लिखिया, तो आह वाली स्ट्रक्चर यदि ज्यादा जाने की रिपीट हो रही है जी। तो इतों बाद चो एक ने कहा जी कहता एक होर है जी कहता जी द लार्ज, आने किंदे ते लाया मोर ओवर ते लाया जी, इन्हें मोर ओवर ते कहते जी जेड़ा की है जी जेड़िया लार्ज नंबर ऑफ टूरिस्ट आ कैन कॉज एनवायरमेंटल प्रॉब्लम जी, ये नाल जी कहते एनवायरमेंटल प्रॉब्लम होंगी जी। फॉर एग्जाम्पल जी कहें जो कहें प्लेसिस ऑफ इंट्रस्ट का मतलब क्यों गया, प्लेसिस ऑफ इंट्रस्ट कि टूरिस्ट डेस्टिनेशन कह दें जी टूरिस्ट डेस्टिनेशन, इन्हें साबित करना कि डिस्ट्रक्शन किवें होंगी है जी। हम देखो टूरिस्ट डेस्टिनेशन की डिस्ट्रक्शन किवें होगी, इनू पोल्यूशन वाल लै गया कि जी पोल्यूशन होगा तो उन्होंने डिस्ट्रक्शन होने लग गई, क्योंकि डिस्ट्रक्शन तो किसी ना किसी चीज न ही होगी ना, तो यह कह रहा कि पोल्यूशन नाल होगी वो डिस्ट्रक्शन। कहिंदे फॉर एग्जाम्पल जदों कहिंदे जिहड़ियां टूरिस्ट डेस्टिनेशन हैगे आ इन्हां ते भीड़ ज्यादा हो जाती है, हुण जाके इहदी कोहरेंस नूं मैच कराओ, ओवर क्राउडड इन्हें आह वाली चीज लिखी है वास्ट अमाउंट ऑफ विस्ट ट्रैफिक, वह चीज़ को पैराफ्रेज कर रहा गां जाके उपर इन्हें की कहा कि जी टैंपल आ मोनूमेंट आ पुरानिया बिल्डिंग आ इन्हों सामना करने डिफिकल्टी आती है जी, कि जी ज्यादा भीड़ का। अगे जाके भी इन्हें कहता फॉर एग्जाम्पल कहता जिमें कि जड़िया हाँ जी प्लेसिस ऑफ इंट्रस्ट आ इनू की कहता इन्होंने आ वाला कहता जी आह वाली चीजा बिल्डिंग्स टैंपल मोनूमेंट, तो अगले वाली लाइन च पिछलियां दे सिरन मिला रहा वा जी, कहते जिहड़ियां प्लेसिस ऑफ इंट्रस्ट आ जी वह जो भर जांदियां बहुत। नैचुरल रिसोर्स क्योंकि इन्हें इनवायरमेंटली लैके जाना जी, उन्हें ध्यान देखियो एग्जाम्पल तो पिछली लाइन टाइटली बाउंड है एक दूजे नाल, कहते नैचुरल रिसोर्स जो अक्सर होंगे वह की हो जाते जी ओवर एक्सपलॉयटड,
ਓਵਰ ਐਕਸਪਲੋਇਟਡ ਦਾ ਮਤਲਬ ਕੀ ਆ, ਉਹਨਾਂ ਦਾ ਸ਼ੋਸ਼ਣ ਹੱਦ ਤੋਂ ਜ਼ਿਆਦਾ ਹੋ ਜਾਂਦਾ, ਯਾਨੀ ਕਿ ਉਹਨਾਂ ਨਾਲ ਖਿਲਵਾੜ ਬਹੁਤ ਹੋ ਜਾਂਦਾ ਜੀ, ਓਵਰ ਐਕਸਪਲੋਇਟਡ, ਖਿਲਵਾੜ ਹੋ ਜਾਣਾ। ਹੁਣ ਇਹਦਾ ਪਹਿਲਾ ਪੁਆਇੰਟ ਡਨ ਹੋ ਗਿਆ ਜੀ, ਪਹਿਲਾ ਪੁਆਇੰਟ ਇਹਦਾ ਡਨ ਹੋ ਗਿਆ ਜੀ, ਜਾ ਕੇ ਦੇਖਦੇ ਵੀ ਡਨ ਹੋਇਆ ਜਾਂ ਨਹੀਂ। ਵਟਸ ਮੋਰ, ਹੁਣ ਇੱਕ ਪੁਆਇੰਟ ਹੋਰ ਕਹਿ ਰਿਹਾ ਜੀ, ਦ ਪ੍ਰੈਜੈਂਸ ਆਫ ਕੰਸੀਡਰੇਬਲ ਅਮਾਊਂਟ ਆਫ ਨੰਬਰ ਆਫ ਟੂਰਿਸਟ। ਧਿਆਨ ਨਾਲ ਦੇਖਿਓ ਕਿੰਨਾ ਉਹ ਚੀਜ਼ ਨੂੰ ਮੈਨੀ ਟੂਰਿਸਟ ਨੂੰ ਹੀ ਕਿਵੇਂ ਵਧਾ ਕੇ ਲਿਖ ਦਿੰਦਾ ਜੀ, ਅਕਨਸੀਡਰੇਬਲ ਨੰਬਰ ਆਫ ਟੂਰਿਸਟ। ਇਸੇ ਨੂੰ ਪਿੱਛੇ ਕੀ ਕਿਹਾ ਗਿਆ ਸੀਗਾ, ਇਸ ਨੂੰ ਪਿੱਛੇ ਕਿਹਾ ਗਿਆ ਸੀਗਾ ਵਾਸਟ ਅਮਾਊਂਟ ਆਫ, ਹਾਂਜੀ ਵਿਸਟਰਸ ਟ੍ਰੈਫਿਕ, ਜੇ ਤੁਸੀਂ ਦੇਖੋ ਤਾਂ ਜੀ। ਤਾਂ ਉਦੋਂ ਉੱਪਰ ਕੀ ਗਿਆ, ਕੀ ਕਿਹਾ ਗਿਆ ਸੀ ਜੀ, ਮੈਨੀ ਦੱਸਣ ਨਾਮ ਲਾਰਜ ਨੰਬਰ ਆਫ, ਯਾਨੀ ਕਿ ਮੈਨੀ ਕੀਵਰਡ ਲਿਖਣ ਦੀ ਜਗ੍ਹਾ ਤੇ ਉਹਦੇ ਐਕਸਪ੍ਰੈਸ਼ਨ ਜੇ ਲਿਖ ਰਿਹਾ ਵਧਾ ਵਧਾ ਕੇ। ਕਹਿੰਦੇ ਜੀ ਕੰਸੀਡਰੇਬਲ ਅਮਾਊਂਟ ਆਫ ਟੂਰਿਸਟ ਜਿਹੜੀ ਪ੍ਰੈਜੈਂਸ ਆ, ਵਿਦ ਅ ਲੋਟ ਆਫ ਮਨੀ, ਕਿਉਂਕਿ ਉਹਨਾਂ ਕੋਲੇ ਪੈਸਾ ਵੀ ਹੁੰਦਾ ਜੀ ਖਰਚਣ ਦੇ ਲਈ। ਐਂਡ ਕਹਿੰਦੇ ਆਫਨ, ਅਕਸਰ ਉਹ ਕੀ ਕੈਰੀ ਕਰਦੇ ਆ, ਵੈਲਿਊਏਬਲਸ ਵੀ, ਵੈਲਿਊਏਬਲਸ ਕੀ ਹੋ ਗਈਆਂ ਚੀਜ਼ਾਂ ਨੂੰ ਕਹਿ ਰਹੇ ਆ, ਜਿਵੇਂ ਕਿ ਕਹਿੰਦੇ ਕੈਮਰਾ ਹੋ ਗਿਆ, ਜਵੈਲਰੀ ਹੋ ਗਈ, ਇਹ ਚੀਜ਼ਾਂ ਕੀ ਕਰਦੀਆਂ ਜੀ, ਓਕੇ ਇਨਕਰੀਜ਼ਸ, ਇਹ ਚੀਜ਼ਾਂ ਇਨਕਰੀਜ਼ਸ ਕਿਹਨੂੰ ਕਰਦੀਆਂ ਜੀ, ਦਾ ਅਟਰੈਕਸ਼ਨ ਆਫ ਕ੍ਰਿਮੀਨਲ, ਇਹ ਹੁਣ ਜਾ ਰਿਹਾ ਇਹਦੇ ਵੱਲੀ ਜੀ, ਜਿਹੜੀਆਂ ਆਪਣੀਆਂ ਇਲੀਗਲ ਐਕਟੀਵਿਟੀਜ਼ ਸੀਗੀਆਂ। ਵਟਸ ਮੋਰ ਪਾ ਕੇ ਕਹਿ ਰਿਹਾ ਵਾ ਜੀ ਕਿ ਦੇਖੋ ਜਿਹੜੀ ਇਹ ਪ੍ਰੈਜੈਂਸ ਆ ਟੂਰਿਜ਼ਮ ਦੀ, ਇਹਨਾਂ ਕੋਲੇ ਕਹਿੰਦੇ ਜੀ ਬਹੁਤ ਪੈਸਾ ਵੀ ਹੁੰਦਾ ਵਾ, ਇਹ ਚੀਜ਼ ਫਿਰ ਕਿਹਨਾਂ ਨੂੰ ਖਿੱਚਦੀ ਆ, ਕ੍ਰਿਮੀਨਲਸ ਨੂੰ ਖਿੱਚਦੀ ਆ। ਤੇ ਬ੍ਰਿੰਗ ਇਟ ਵਿਦ ਐਕਟੀਵਿਟੀ, ਇਹਦੇ ਨਾਲ ਐਕਟੀਵਿਟੀਜ਼ ਕਿਹੜੀਆਂ ਹੁੰਦੀਆਂ, ਰੋਬਰੀ ਹੋ ਗਿਆ ਜੀ, ਡਰੱਗ ਡੀਲਿੰਗ ਹੋ ਗਿਆ, ਤਾਂ ਪੁਆਇੰਟ ਖਤਮ ਕਰਤਾ ਜੀ ਇੱਥੇ। ਤਾਂ ਹੁਣ ਇਹਦੀਆਂ ਐਡਵਾਂਟੇਜ ਤੇ ਡਿਸਐਡਵਾਂਟੇਜ ਹੋ ਗਈਆਂ ਜੀ, ਪੂਰੀਆਂ ਖਤਮ ਹੋ ਗਈਆਂ ਜੀ, ਐਡਵਾਂਟੇਜ ਤੇ ਡਿਸਐਡਵਾਂਟੇਜ। ਅੱਛਾ ਲਾਸਟ ਵਾਲੀ ਲਾਈਨ ਚ ਕੀ ਲਿਖ ਰਿਹਾ ਵਾ, ਹੁਣ ਇਹ ਕਿਹੜੀ ਚੀਜ਼ ਨੂੰ ਕੰਟਰਡਿਕਟ ਕਰਨ ਲੱਗ ਗਿਆ। ਕਹਿੰਦਾ ਹਾਊ ਐਵਰ, ਕਹਿੰਦਾ ਜੇ ਪ੍ਰੋਪਰ ਹੋਸਪਿਟੈਲਿਟੀ ਮੈਨੇਜਮੈਂਟ ਹੋਵੇ ਤੇ ਕਰੈਕਟ ਯੂਜ਼ ਹੋਵੇ ਜੀ ਟੂਰਿਜ਼ਮ, ਉਹ ਕਹਿੰਦੇ ਕਿ ਰੈਵੇਨਿਊ ਦਾ, ਬਾਏ ਲੋਕਲ ਗਵਰਨਮੈਂਟ ਕੈਨ ਐਲੀਮੀਨੇਟ ਦੀਜ਼ ਡਿਸਐਡਵਾਂਟੇਜ, ਫਿਰ ਡਿਸਐਡਵਾਂਟੇਜ ਐਲੀਮੀਨੇਟ ਹੋ ਸਕਦੀਆਂ ਜੀ। ਅੱਛਾ ਇਹ ਆਪਣੀ ਇਤਨੀ ਰਾਏ ਜੇ ਕਾਹਤੋਂ ਦੇਣ ਲੱਗ ਗਿਆ ਜੀ, ਰਾਏ ਇਹਨੇ ਤਾਂ ਦਿੱਤੀ ਹੈ, ਵੈਸੇ ਇਹ ਚੀਜ਼ ਲਿਖਣਾ ਨਹੀਂ ਚਾਹੁੰਦਾ ਸੀਗਾ, ਬਟ ਇਹਨੇ ਸਟੇਟਮੈਂਟ ਦੇ ਵਿੱਚ ਇੱਕ ਚੀਜ਼ ਲਿਖੀ ਦੇਖੀ ਸੀਗੀ ਜੀ, ਉਹ ਚੀਜ਼ ਦੇ ਵਿੱਚ ਲਿਖਿਆ ਸੀਗਾ ਜੀ ਕਿ ਇਹਦੀਆਂ ਪ੍ਰੋਬਲਮਸ ਤਾਂ ਜ਼ਰੂਰ ਹੈਗੀਆਂ ਵਾ ਜੀ, ਤੇ ਯਾਨੀ ਕਿ ਡਿਸਐਡਵਾਂਟੇਜ, ਜੇ ਇਹਨੂੰ ਪ੍ਰੋਪਰਲੀ ਮੈਨੇਜ ਨਾ ਕੀਤਾ ਜਾਵੇ, ਤਾਂ ਕਰਕੇ ਇਹਨੇ ਪ੍ਰੋਬਲਮ ਵਾਲੇ ਪਹਿਰੇ ਦੇ ਵਿੱਚ ਹੀ ਇਹ ਲਾਈਨ ਨੂੰ ਵੀ ਮੈਂਸ਼ਨ ਕੀਤਾ ਵਾ ਨੀਚੇ ਕਿ ਇਹ ਪ੍ਰੋਬਲਮ ਸੋਰਟ ਆਊਟ ਹੋ ਸਕਦੀਆਂ ਜੇ ਇਹਨਾਂ ਨੂੰ ਪ੍ਰੋਪਰ ਮੈਨੇਜ ਕਰ ਲਈਏ ਤਾਂ, ਕਿਉਂਕਿ ਸਟੇਟਮੈਂਟ ਨੇ ਕਿਹਾ ਸੀ ਕਿ ਜੇ ਪ੍ਰੋਪਰ ਮੈਨੇਜ ਨਾ ਕਰੀਏ ਤਾਂ ਪ੍ਰੋਬਲਮ ਹੋ ਸਕਦੀਆਂ ਜੀ। ਜਸਟ ਇਹ ਇਹਦਾ ਜ਼ਿਕਰ ਕਰਨਾ ਚਾਹੁੰਦਾ ਸੀਗਾ ਕਿ ਇਗਜ਼ਾਮੀਨਰ ਨੂੰ ਏਦਾਂ ਨਾ ਹੋ ਜਾਵੇ ਕਿ ਜਿਹੜਾ ਅਸੀਂ ਆਪਣੀ ਸਟੇਟਮੈਂਟ ਦੇ ਵਿੱਚ ਆਹ ਟੁਕੜਾ ਜਿਹਾ ਰੱਖਿਆ ਵਾ ਇਹਦਾ ਕਿਤੇ ਵੀ ਨਹੀਂ ਜ਼ਿਕਰ ਕੀਤਾ ਗਿਆ। ਤਾਂ ਇਹ ਪ੍ਰੋਬਲਮ ਵਾਲੇ ਪਹਿਰੇ ਦੇ ਵਿੱਚ ਫਿਰ ਇਹ ਲਾਈਨ ਲਿਖਣ ਦਾ ਮੋਟਿਵ ਕੀ ਆ, ਉਹਨਾਂ ਦੇ 7+ ਬੈਂਡ ਦੇ ਵਿੱਚ ਇਹ ਚੀਜ਼ ਲਿਖੀ ਹੁੰਦੀ ਆ ਕਿ ਜੀ ਸਾਡੇ ਪਹਿਰੇ ਦੇ ਵਿੱਚ ਜਿੰਨੇ ਵੀ ਪਾਰਟਸ ਉੱਪਰ ਅਸੀਂ ਕਵਰੇਜ ਕੀਤੀ ਆ, ਤੁਹਾਡੇ ਪਹਿਰੇ ਵਿੱਚ ਵੀ ਉਹ ਸਾਰੇ ਪਾਰਟਸ ਉੱਪਰ ਕਵਰੇਜ ਹੋਣੀ ਚਾਹੀਦੀ ਹੈ ਜੀ। ਤਾਂ ਕਰਕੇ ਇਹਨੇ ਇਹ ਲਾਈਨ ਨੀਚੇ ਆ ਕੇ ਲਿਖੀ ਹੈ ਜੀ, ਨਹੀਂ ਇਹਨੇ ਨਹੀਂ ਲਿਖਣੀ ਸੀ ਜੀ, ਲਿਖੀ ਵੀ ਪ੍ਰੋਬਲਮ ਵਾਲੇ ਵਿੱਚ ਹੀ ਆ ਕਿਉਂਕਿ ਉਹਨਾਂ ਦੀ ਵੀ ਪ੍ਰੋਬਲਮਸ ਦੇ ਨਾਲ ਇਹ ਲਾਈਨ ਪਾਈ ਪਈ ਸੀਗੀ। ਹਾਂਜੀ ਅੱਗੇ ਚੱਲਦੇ ਜੀ ਆਪਾਂ, ਤਾਂ ਇਹਦੇ ਡਰੋਬੈਕ ਕੀ ਹੈ ਜੀ, ਸੋਰੀ ਇਹਦਾ ਕੰਕਲੂਜਨ ਜੀ। ਕਹਿੰਦੇ ਜੀ ਟੂ ਕੰਕਲੂਡ, ਭਾਵੇਂ ਤਾਂ ਇਹ ਕੰਪਲੈਕਸਿਟੀ ਇਹਨਾਂ ਨੇ ਹਾਂਜੀ ਪ੍ਰੋਡਿਊਸ ਕੀਤੀ ਜੀ, ਕਹਿੰਦੇ ਭਾਵੇਂ ਕਿ ਕਹਿੰਦੇ ਜੀ ਟੂਰਿਜ਼ਮ ਆ ਕੈਨ ਹੈਵ ਸਰਟਨ ਨੈਗੇਟਿਵ ਇਫੈਕਟਸ, ਇੱਥੇ ਆ ਕੇ ਜ਼ਰੂਰ ਇਹਨਾਂ ਨੇ ਡਿਸਐਡਵਾਂਟੇਜ ਨੂੰ ਇੱਕ ਜਗ੍ਹਾ ਤੇ ਬਦਲਤਾ ਜੀ, ਚਲੋ ਵਧੀਆ ਗੱਲ ਹੈ। ਕਹਿੰਦੇ ਜੀ ਭਾਵੇਂ ਕਿ ਕਹਿੰਦੇ ਟੂਰਿਜ਼ਮ ਦੇ ਸਰਟਨ ਨੈਗੇਟਿਵ ਇਫੈਕਟਸ ਹੋ ਸਕਦੇ ਆ, ਜਿਵੇਂ ਕਿ ਲਾਈਕ, ਜਿਵੇਂ ਕਹਿੰਦੇ ਯਾਨੀ ਕਿ ਉਹ ਕਹਿੰਦੇ ਡਿਸਟਰਕਟਿਵ ਇੰਪੈਕਟ ਤੇ ਗਰੋਥ ਆਫ ਕ੍ਰਾਈਮ ਰੇਟ। ਡਿਸਟਰਕਟਿਵ ਇੰਪੈਕਟ ਕਿਹਨੂੰ ਲਿਖਿਆ ਇਹਨਾਂ ਨੇ, ਡਿਸਟ੍ਰਕਸ਼ਨ ਆਫ ਟੂਰਿਸਟ, ਹਾਂਜੀ ਪੋਪੂਲਰ ਡੈਸਟੀਨੇਸ਼ਨ, ਇਹਨੂੰ ਪੈਰਾਫਰੇਜ ਕੀਤਾ। ਅੱਗੇ ਕਿਹਾ ਸੀਗਾ ਡਿਵਲਪਮੈਂਟ ਆਫ ਇਲੀਗਲ ਐਕਟੀਵਿਟੀ, ਉਹਨੂੰ ਕਹਿਤਾ ਜੀ ਗਰੋਥ ਆਫ ਕ੍ਰਾਈਮ ਰੇਟ, ਯਾਨੀ ਕਿ ਇਹ ਇਗਜ਼ਾਮੀਨਰ ਲੈਕਸੀਕਲ ਰਿਸੋਰਸਸ ਤੇ ਬੜੇ ਵਧੀਆ ਤਰੀਕੇ ਨਾਲ ਫੋਕਸ ਕਰਦਾ ਵਾ। ਕੌਮਾ ਕਿਹਾ ਪਰ ਕਹਿੰਦੇ ਜੀ ਇਟ ਹੈਜ਼ ਐਨ ਐਕਸਟ੍ਰੀਮਲੀ ਪੋਜ਼ਿਟਿਵ ਇਨਫਲੂਐਂਸ, ਫਿਰ ਇੱਕ ਕੋਲੋਕੇਸ਼ਨ ਕਿਹਦੇ ਤੇ, ਕੰਟਰੀ ਦੀ ਇਕੋਨਮੀ ਤੇ ਜੀ, ਕੰਟਰੀ ਦੀ ਇਕੋਨਮੀ ਜੀ, ਕੰਟਰੀ ਨੂੰ ਵਾਰੀ ਵਾਰੀ ਲਿਖ ਰਿਹਾ ਜੀ, ਨੇਸ਼ਨ ਜਾਂ ਕੋਈ ਇੱਦਾਂ ਦੀ ਕੋਈ ਕੀਵਰਡ ਲਿਖਿਆ ਹੋਰ ਸਨਮ ਲਿਖ ਦਿੰਦੇ ਜੀ।
ਤੇ ਪ੍ਰੋਵਾਈਡ ਲਾਰਜ ਨੰਬਰ ਆਫ ਨਿਊ ਜੋਬਸ ਫੋਰ ਦਾ ਲੋਕਲ ਪੀਪਲ। ਜਿੰਨਾ ਆਪਣਾ ਇਹਨੇ ਬੀਪੀ ਦੇ ਵਿੱਚ ਉਹ ਚੀਜ਼ਾਂ ਲਿਖੀਆਂ ਜੀ, ਜਿੰਨੇ ਪੁਆਇੰਟ, ਜਿਵੇਂ ਮੈਂ ਤੁਹਾਨੂੰ ਕਹਿੰਦਾ ਹੁੰਦਾ ਕਿ ਆਪਣੇ ਕੰਕਲੂਜਨ ਦੇ ਵਿੱਚ ਪੁਆਇੰਟ ਕਵਰ ਕਰੋ ਜੀ, BP 1 ਵਾਲੇ ਵੀ ਪੁਆਇੰਟ ਦੋਨੇ ਕਵਰ ਕਰੋ ਜੀ, BP 2 ਵਾਲੇ ਵੀ ਪੁਆਇੰਟ ਕਵਰ ਕਰੋ, ਉਹ ਚੀਜ਼ ਤੁਹਾਨੂੰ ਇਹ ਐਸੇ ਤੋਂ ਸਿੱਖਣ ਨੂੰ ਮਿਲ ਸਕਦੀ ਹੈ। ਚਾਰ ਪੁਆਇੰਟ ਲਿਖੇ ਤੇ ਚਾਰੇ ਕਵਰ ਕੀਤੇ ਆ ਜੀ, ਧਿਆਨ ਨਾਲ ਦੇਖਿਓ ਜੀ। ਆ ਪਿਆ ਤੁਹਾਡਾ ਪਹਿਲਾ ਪੁਆਇੰਟ ਜੀ ਡਰੋਬੈਕ, ਆ ਪਈ ਆ ਦੂਜੀ ਡਰੋਬੈਕ, ਇਹੀ ਇਹਨੇ ਲਿਖੀ ਹੈ ਜੀ। ਇੰਜ ਅੱਗੇ ਜਾ ਕੇ ਜੀ ਕੰਟਰੀ ਇਕੋਨਮੀ ਤੇ ਨਿਊ ਜੋਬਸ, ਇਹੀ ਇਹਨੇ BP 1 ਚ ਲਿਖੀ ਹੈ ਜੀ। ਤਾਂ ਕੰਕਲੂਜਨ ਕੀ ਹੁੰਦਾ ਜੀ? ਕੰਕਲੂਜਨ ਇੱਕ ਇੱਦਾਂ ਦੀ ਚੀਜ਼ ਹੁੰਦੀ ਹੈ ਜਿਹੜੀ ਪੜ੍ਹਨ ਤੋਂ, ਯਾਨੀ ਕਿ ਜੇ ਕੋਈ ਬੰਦਾ ਤੁਹਾਡਾ ਸਿਰਫ ਕੰਕਲੂਜਨ ਹੀ ਪੜ੍ਹ ਲਵੇ ਤਾਂ ਉਹਨੂੰ ਇਹ ਪਤਾ ਲੱਗ ਜਾਵੇ ਕਿ ਤੁਹਾਡੇ BP ਦੇ ਵਿੱਚ ਕੀ ਲਿਖਿਆ ਪਿਆ ਵਾ, ਦੋਨੇ BP-ਆਂ ਦੇ ਵਿੱਚ ਇੱਦਾਂ ਦੀ ਕੰਕਲੂਜਨ ਹੁੰਦਾ ਜੀ। ਤਾਂ ਇਹਨਾਂ ਨੇ ਆਹ ਸਾਰੇ ਕੀਵਰਡ ਦੇ ਵਿੱਚ ਮੈਂਸ਼ਨ ਕੀਤੇ ਆ ਜਿਨ੍ਹਾਂ ਦਾ ਵੀ ਇਹ ਜ਼ਿਕਰ ਕਰਕੇ ਆਏ ਆ ਜੀ। ਮੇਨ ਦੋ ਦੋ ਸੀਗੇ, ਦੋ ਦੋ ਲਿਖਤੇ ਜੀ। ਲੈਕਸੀਕਲ ਰੀਸੋਰਸ ਦੇ ਪੱਖ ਤੋਂ ਵੇਖੀਏ ਤਾਂ 7+ ਵਾਲਾ ਐਸੇ ਹੈਗਾ ਜੀ। ਹਾਂ ਕੁਝ ਕੁ ਵਰਡ ਸੀਗੇ ਜਿਵੇਂ ਕੰਟਰੀ ਹੋ ਗਿਆ, ਜਿਵੇਂ ਡਰੋਬੈਕ ਹੋ ਗਿਆ ਥੋੜੀ ਮੋਟੀ ਜੀ, ਹਾਲਾਂਕਿ ਡਰੋਬੈਕ ਦਾ ਜੋ ਸਿਨੋਨਿਮ ਸੀਗਾ ਉਹ ਪੋਸੀਬਲ ਸੀਗਾ ਜੀ, ਉਹਨਾਂ ਨੂੰ ਆਪਾਂ ਕਹਿ ਸਕਦੇ ਹਾਂ ਜੀ। GRA ਵਾਲੇ ਪਾਸੇ ਜਾਓ ਤਾਂ ਸਿੰਪਲ ਸੈਂਟੈਂਸ ਨੂੰ ਵੇਟਸ ਜ਼ਿਆਦਾ ਦਿੱਤੀ ਹੈ ਜੀ ਇਹਨਾਂ ਨੇ। ਚਲੋ ਸਾਰਾ ਵੈਸੇ ਮਿਕਸਚਰ ਆ, ਬਟ ਇੱਕ ਤਰ੍ਹਾਂ ਦੀ ਟਾਈਪ ਤੇ ਜ਼ਿਆਦਾ ਇਹਨਾਂ ਨੇ ਫੋਕਸ ਕੀਤਾ ਕਿ ਜਿਹੜਾ ਸਬਜੈਕਟ ਤੋਂ ਬਾਅਦ ਚੋਂ ਟੁਕੜੇ ਵਿੱਚ ਰੱਖ ਦੇਣਾ ਜੀ, ਜਿਵੇਂ ਇਨਕਲੂਡਿੰਗ ਪਾਤਾ, ਯਾਨੀ ਕਿ ਜੀਰਨ ਫਾਰਮ ਬਣਾ ਕੇ ਜੀ। ਤੇ ਹੋਰ ਦੇਖੀਏ ਬਟ ਤੋਂ ਸੈਂਟੈਂਸ ਸਟਾਰਟ ਹੋਇਆ ਪਿਆ ਜੋ ਕਿ ਇੱਕ ਥੋੜਾ ਜਿਹਾ ਫਾਰਮਲ ਵੇ ਨਹੀਂ ਗਿਆ ਜੀ, ਉਹ ਚੀਜ਼ ਇਹਦੀ ਥੋੜੀ ਜੀ ਡਰੋਬੈਕ ਹੈ ਜੀ। ਤੇ ਜੇ ਆਪਾਂ ਕੋਰੈਂਸ ਕੁਇਜ਼ਨ ਤੋਂ ਦੇਖੀਏ ਤਾਂ ਪੁਆਇੰਟ ਨੂੰ ਜ਼ਿਆਦਾ ਐਕਸਪਲੇਨ ਨਹੀਂ ਕੀਤਾ ਹੋਇਆ, ਐਕਸਪਲੇਨ ਜ਼ਰੂਰ ਕੀਤਾ ਹੋਇਆ ਜੀ, ਪੁਆਇੰਟ ਨੂੰ ਜ਼ਿਆਦਾ ਐਕਸਪਲੇਨ ਨਹੀਂ ਕੀਤਾ ਹੋਇਆ। ਹਰ ਇੱਕ ਪੁਆਇੰਟ ਨੂੰ ਐਕਸਪਲੇਨ ਇੱਕ ਸਿੰਗਲ ਲਾਈਨ 'ਚ ਕੀਤਾ ਪਿਆ, ਹੱਦ ਅਗਲੀ ਲਾਈਨ, ਉਹ ਵੀ ਦੋਨੇ ਸਿੰਪਲ ਆ ਬਸ। ਤਾਂ ਕੋਰੈਂਸ ਜ਼ਰੂਰ ਆ, ਬਟ ਕੋਰੈਂਸ ਇੰਨੀ ਯਾਨੀ ਕਿ ਵਧੀਆ ਲੈਵਲ ਦੀ ਨਹੀਂ ਹੈਗੀ ਜੀ, ਕੋਰੈਂਸ ਜ਼ਿਆਦਾ ਵਧੀਆ ਲੈਵਲ ਦੀ ਨਹੀਂ। ਜੇ ਆਪਾਂ ਕਨੈਕਟਰ ਦੀ ਗੱਲ ਕਰੀਏ ਜੀ ਤਾਂ ਕਨੈਕਟਰ ਇਹਨਾਂ ਦੇ ਸਿੰਪਲ ਹੀ ਆ, ਜਿਵੇਂ ਇੱਦਾਂ ਦੇ ਆਹ ਕਨੈਕਟਰ ਹੋ ਗਿਆ ਜੀ, ਜਿਵੇਂ ਸੋ ਹੋ ਗਿਆ ਆਹ ਵਾਲਾ, ਤਾਂ ਅੱਗੇ ਜਾ ਕੇ ਦੇਖੀਏ ਵਟਸ ਮੋਰ ਵਾਲਾ ਹੋ ਗਿਆ ਜੀ। ਤਾਂ ਕਨੈਕਟਰ ਕੋਈ ਇੱਦਾਂ ਦੇ ਨੈਚੁਰਲ ਨਹੀਂ ਹੈਗੇ ਗੇ ਜਿਵੇਂ ਆਪਾਂ ਜਿਵੇਂ ਕਿ ਪ੍ਰੋਨਾਊਨ ਯੂਜ ਕਰਦੇ ਹੁੰਦੇ ਹਾਂ, ਜਿਵੇਂ ਅੱਗੇ ਦੀ ਅੱਗੇ ਲਾਈਨਾਂ ਜੋੜਨੀਆਂ, ਸੱਚ ਲਾ ਕੇ, ਦੀਜ ਲਾ ਕੇ, ਦੈਟ ਲਾ ਕੇ, ਇੱਕ ਜਗ੍ਹਾ ਤੇ ਜ਼ਰੂਰ ਲਾਇਆ, ਕਨੈਕਟਿਵਿਟੀ ਜ਼ਿਆਦਾ ਵਧੀਆ ਲੈਵਲ ਦੀ ਨਹੀਂ ਹੈਗੀ ਇਹਦੇ ਵਿੱਚ। ਤੇ ਜਿਹੜੀਆਂ ਇਹਦੇ ਵਿੱਚ ਕੋਹੀਜ਼ਿਵ ਡਿਵਾਈਸਿਸ ਆ, ਕਨੈਕਟਰ ਆ, ਜ਼ਿਆਦਾਤਰ ਸਿੰਪਲ ਕਨੈਕਟਰ ਹੀ ਆ, ਕੋਈ ਇੱਦਾਂ ਦਾ ਕਨੈਕਟਰ ਨਹੀਂ ਹੈਗਾ ਕਿ ਜਿਹੜਾ ਨੈਚੁਰਲ ਲੱਗਦਾ ਹੋਵੇ। ਤਾਂ ਕੋਰੈਂਸ ਤੇ ਕੋਹੀਜ਼ਨ ਠੀਕ ਠਾਕ ਜੀ ਆ, ਜ਼ਿਆਦਾ ਨਹੀਂ ਆਪਾਂ ਕਹਿ ਸਕਦੇ ਜੀ। GRA ਠੀਕ ਠਾਕ ਜੀ ਆ, ਜ਼ਿਆਦਾ ਨਹੀਂ ਕਹਿ ਸਕਦੇ। ਆਹ ਦੋਨੇ ਤਰੀਕਿਆਂ ਤੋਂ ਐਸੇ ਥੋੜਾ ਜਿਹਾ ਵੀਕ ਜਾ ਰਿਹਾ। ਲੈਕਸੀਕਲ ਰੀਸੋਰਸਿਸ ਕਾਫੀ ਵਧੀਆ ਜੀ। ਟਾਸਕ ਰਿਸਪੋਂਸ ਸਾਰਾ ਅੰਦਰ ਆ ਜੀ, ਟਾਸਕ ਰਿਸਪੋਂਸ ਦੇ ਤੌਰ ਤੇ ਕੋਈ ਵੀ ਫਾਲਤੂ ਲਾਈਨ ਨਹੀਂ ਲਿਖੀ, ਹਰ ਇੱਕ ਚੀਜ਼ ਦਾ ਜ਼ਿਕਰ ਕੀਤਾ ਜੀ। ਸੋ ਜੇ ਵੇਟਸ ਦੇਣੀ ਹੋਵੇ ਤਾਂ ਦੋ ਚੀਜ਼ਾਂ ਬੈਲੈਂਸ ਆ ਜੀ, ਦੋ ਚੀਜ਼ਾਂ ਦਾ ਥੋੜਾ ਜਿਹਾ ਬੈਲੈਂਸ ਵਿਗੜਿਆ ਜੀ ਇਹਦਾ। ਸਟਿਲ ਇਹ ਐਸੇ 6.5+ ਬੈਂਡ ਵਾਲਾ ਵਾ, 6.5 ਨੈਗੇਟਿਵ ਨਹੀਂ ਕਹਿ ਸਕਦੇ ਜੀ। ਇਹਨਾਂ ਦਾ ਦਾਵਾ ਕਰਨਾ 9 ਬੈਂਡ ਵਾਲਾ, ਬਟ ਮੇਰੇ ਅਕੋਰਡਿੰਗ 9 ਨਹੀਂ ਜੀ। 9 ਦੇ ਵਿੱਚ ਹੋਰ ਚੀਜ਼ਾਂ ਵੀ ਬੜੀਆਂ ਮੈਟਰ ਕਰਦੀਆਂ ਜੀ। 9 ਬੈਂਡ ਦੇ ਵਿੱਚ ਉਹਨਾਂ ਨੇ ਕਿਹਾ ਕਿ ਤੁਸੀਂ ਸਪੋਰਟ ਕਰ ਰਹੇ ਹੋ, ਸਿਲ ਸਪੋਰਟ ਉਹਦੇ ਵਿੱਚ ਆ ਜੀ, ਤਾਂ ਤੁਸੀਂ ਜਿਹੜੀ ਵਰਾਇਟੀ ਸ਼ੋ ਕਰ ਰਹੇ ਹੋ ਥੋੜੀ ਜਿਹੀ ਜ਼ਿਆਦਾ, ਨਾ ਕੋਈ ਰਿਲੇਟਿਵ ਪ੍ਰੋਨਾਊਨ ਆਇਆ, ਨਾ ਕੋਈ ਜ਼ਿਆਦਾ ਵੋਇਸ ਫਾਰਮੇਸ਼ਨ ਕੀਤੀ ਗਈ ਇਹਦੇ ਵਿੱਚ, ਨਾ ਕੰਪਲੈਕਸ ਤੇ ਕੰਪਾਊਂਡ ਦੋਨਾਂ ਨੂੰ ਮਰਜ ਕੀਤਾ ਗਿਆ ਜੀ, ਇੱਦਾਂ ਦੀਆਂ ਕੋਈ ਚੀਜ਼ਾਂ ਨਹੀਂ ਦੇਖਣ ਨੂੰ ਕੀਤੀਆਂ ਗਈਆਂ। ਸੋ ਉਹਨੂੰ 9 ਕਹਿਣਾ ਤਾਂ ਇੱਕ ਜ਼ਿਆਦਾ ਆਪਾਂ ਕਹਿ ਦਈਏ ਵੀ ਹੋ ਜੂਗਾ ਚੀਜ਼। ਤੇ ਜੇ ਇਹਦੀ ਵੈਬਸਾਈਟ ਤੁਸੀਂ ਦੇਖੋ ਕਿ ਕਿਹੜੀ ਵੈਬਸਾਈਟ ਆ, ਤਾਂ ਤੁਹਾਨੂੰ ਇੱਥੇ ਇਹਦੀ ਹੈਡਿੰਗ ਹੀ ਦਿਖ ਰਹੀ ਹੈ ਜੀ, ਆਹ ਵਾਲੀ ਵੈਬਸਾਈਟ ਆ ਜੀ ਅਪ, ਇਹਦੇ ਤੋਂ ਇਹ ਐਸੇ ਲਿਆ ਗਿਆ ਜੀ। ਸਟਿਲ ਇਹ ਰਾਈਟਰ ਵੋਕੈਬੁਲਰੀ ਲੈਵਲ ਤੇ ਦੇਖੀਏ, ਇਹਦੇ ਐਸੇ ਮੈਂ ਪਰਸਨਲੀ ਸਾਰੇ ਰੀਡ ਕੀਤੇ ਆ, ਜਦੋਂ ਮੈਂ ਸਟੂਡੈਂਟ ਸੀਗਾ ਉਦੋਂ ਵੀ ਰੀਡ ਕਰਦਾ ਸੀ ਵੈਬਸਾਈਟ ਤੋਂ, ਹੁਣ ਵੀ, ਬਟ ਸਟੂਡੈਂਟ ਸੀਗਾ ਉਦੋਂ ਲੱਗਦਾ ਹੁੰਦਾ ਸੀ ਕਿ 9 ਬੈਂਡ ਦਾ ਯੁੱਗ ਹੈ ਜੀ, ਪਰ ਹੁਣ ਜਦੋਂ ਥੋੜਾ ਇਹਨੂੰ ਜ਼ਿਆਦਾ ਦੇਖੀਦਾ ਤਾਂ ਉਦੋਂ ਲੱਗਦਾ ਵੀ ਹਾਂ 6.5+ ਬੈਂਡ ਵਾਲਾ ਐਸੇ ਹੈਗਾ, ਵਧੀਆ ਲੈਵਲ ਦਾ, ਬਹੁਤ ਵਧੀਆ ਲੈਵਲ ਦਾ ਜੇ ਆਪਾਂ ਪੜ੍ਹਨਾ ਹੋਵੇ ਤਾਂ ਜੀ। ਹਾਂਜੀ, ਤਾਂ ਤੁਹਾਨੂੰ ਮਿਊਟ ਤੋਂ ਖੋਲਦਾ ਜੀ ਮੈਂ, ਮੈਨੂੰ ਦੱਸ ਦਿਓ ਕਿ ਸਾਰਿਆਂ ਨੂੰ ਕਲੀਅਰ ਹੈ ਜੀ।